ਸਵਾਗਤ ਹੈ ਇੱਕ ਵਾਰ ਫੇਰ ਤੁਹਾਡੇ ਆਪਣੇ ਚੈਨਲ ਐਜੂਮੈਟਿਕ ਸੋਲੂਸ਼ਨ ਤੇ ਮੈਂ ਤੁਹਾਡਾ ਦੋਸਤ ਵਿਰਿੰਦਰ ਅੱਜ ਗੱਲ ਕਰਾਂਗੇ ਸਿੱਖਿਆ ਮੰਤਰਾਲੇ ਦਾ ਵੱਡਾ ਫੈਸਲਾ ਟੈਟ ਲਾਈਫਟਾਈਮ ਵੈਲਿਡਿਟੀ ਲਾਗੂ ਜਾਣੋ ਕਿ ਇਹਨਾਂ ਨੂੰ ਮਿਲੇਗਾ ਫਾਇਦਾ ਉਸ ਤੋਂ ਪਹਿਲਾਂ ਹਰ ਇੱਕ ਨਵੀਂ ਪੋਸਟ ਦੇਖਣ ਲਈ ਸਾਡਾ WhatsApp ਗਰੁੱਪ Telegram ਲਿੰਕ ਜੁਆਇਨ ਕਰ ਸਕਦੇ ਹੋ ਡਿਸਕ੍ਰਿਪਸ਼ਨ ਦੇ ਵਿੱਚ ਦਿੱਤਾ ਹੋਇਆ ਜੇਕਰ Facebook ਪੇਜ ਤੇ ਹਾਂ ਤਾਂ ਤੁਸੀਂ Facebook ਪੇਜ ਨੂੰ ਵੀ ਜਰੂਰ ਫੋਲੋ ਕਰੋ ਕੇਂਦਰੀ ਸਿੱਖਿਆ ਮੰਤਰਾਲੇ ਨੇ ਵੱਡਾ ਫੈਸਲਾ ਲੈਂਦੇ TET ਯਾਨੀ ਕਿ ਟੈਟ ਯੋਗਤਾ ਪ੍ਰਮਾਣ ਪੱਤਰ ਦੀ ਵੈਲਿਡਿਟੀ ਦਾ ਸਮਾਂ ਵਧਾ ਕੇ 7 ਸਾਲ ਤੋਂ ਉਮਰ ਭਾਰ ਦਾ ਕਰ ਦਿੱਤਾ ਇੰਨਾ ਹੀ ਨਹੀਂ ਕੇਂਦਰ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਇਹ ਫੈਸਲਾ ਤਤਕਾਲ ਲਾਗੂ ਕੀਤਾ ਜਾ ਰਿਹਾ ਹੈ ਨਾਲ ਹੀ ਸਿੱਖਿਆ ਮੰਤਰਾਲੇ ਦੇ ਬਿਆਨ ਮੁਤਾਬਕ ਇਹ ਫੈਸਲਾ 10 ਸਾਲ ਪਹਿਲਾਂ ਲਾਗੂ ਕੀਤਾ ਗਿਆ ਪਰ ਇਹਨਾਂ ਸਾਲਾਂ ਵਿੱਚ ਜਿਨ੍ਹਾਂ ਨੇ ਵੀ ਇਸ ਸਰਟੀਫਿਕੇਟ ਦਾ ਸਮਾਂ ਕਾਲ ਪੂਰਾ ਹੋ ਚੁੱਕਿਆ ਹੈ ਉਹ ਵੀ ਅਧਿਆਪਕ ਦੀ ਭਰਤੀ ਪ੍ਰੀਖਿਆ ਲਈ ਯੋਗ ਹੋਣਗੇ ਤਾਂ ਜਿਹੜੇ ਕੈਂਡੀਡੇਟ ਅੱਜ ਤੋਂ 5-4 ਸਾਲ ਪਹਿਲਾਂ ਦਿੱਤਾ ਸੀ ਟੈਟਾ ਟੈਸਟ ਉਹ ਵੀ ਐਲੀਜੀਬਲ ਨਹੀਂ ਕਿਉਂਕਿ 10 ਸਾਲ ਦਾ ਸਮਾਂ ਯਾਨੀ ਕਿ 10 ਸਾਲ ਤੱਕ ਜਿਨ੍ਹਾਂ ਨੇ ਪਿਛਲੇ ਤੱਕ ਟੈਟਾ ਦਾ ਟੈਸਟ ਦਿੱਤਾ ਸੀ ਉਹ ਉਹ ਐਲੀਜੀਬਲ ਨਹੀਂ ਉਮਰ ਪਾਰ ਤੇ ਲਈ ਜਿਹੜੇ ਕੈਂਡੀਡੇਟ ਪਾਸ ਨੇ ਹੋਰ ਅਪਡੇਟ ਦੇ ਲਈ ਸਾਡੇ ਨਾਲ ਜੁੜੇ ਰਹੋ ਚੈਨਲ ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਵੱਧ ਤੋਂ ਵੱਧ ਕਰੋ ਥੈਂਕ ਯੂ